ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੇਬਰ ਟ੍ਰੀਵੋ। ਮੈਂ ਹਾਂ ਜਤਿੰਦਰ ਸਿੰਘ। ਤੁਸੀਂ ਇਟਲੀ ਦੇ ਵਿੱਚ ਰਹਿ ਰਹੇ ਹੋ ਅਤੇ ਇਟਲੀ ਤੋਂ ਤੁਸੀਂ ਕੈਨੇਡਾ ਮੂਵ ਹੋਣਾ ਚਾਹੁੰਦੇ ਹੋ, ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ, ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ। ਕਿਉਂਕਿ ਇਹਦੇ ਵਿੱਚ ਅਸੀਂ ਜੋ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਹਾਂ ਉਹ ਇਹੀ ਹੈ ਕਿ ਤੁਸੀਂ ਇਟਲੀ ਤੋਂ ਆਪਣਾ ਜਿਹੜਾ ਕੈਨੇਡਾ ਦਾ ਵੀਜ਼ਾ ਕਿਵੇਂ ਲੈ ਸਕਦੇ ਹੋ। ਇਟਲੀ 'ਚ ਰਹਿੰਦੇ ਹੋਏ ਜੇ ਤੁਸੀਂ ਪਰਮਾਨੈਂਟ ਰੈਜੀਡੈਂਸ ਹੋ, ਤੁਹਾਡੇ ਕੋਲ ਰੈਜੀਡੈਂਸ ਕਾਰਡ ਹੈਗਾ, ਵਰਕ ਵੀਜ਼ਾ ਹੈਗਾ 2 ਤੋਂ 3 ਸਾਲ ਦਾ, ਤੁਸੀਂ ਇਲੀਜੀਬਲ ਹੁੰਦੇ ਹੋ ਕੈਨੇਡਾ ਟੂਰਿਸਟ ਵੀਜ਼ਾ ਲਈ। ਅਤੇ ਕਾਫੀ ਜਿਵੇਂ ਦੇ ਵੀਜ਼ਾਜ਼ ਹੁੰਦੇ ਆ ਜਿਹੜੇ ਅਪਰੂਵ ਹੁੰਦੇ ਆ। ਕੁਛ ਵੀਜ਼ਾ ਸਾਡੇ ਜਿਹੜੇ ਰੀਸੈਂਟ ਦੇ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਆਏ ਨੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਵੀਜ਼ਾ ਜਿਹੜੇ ਆ ਇਹ UK ਤੋਂ ਆਏ ਨੇ, ਅਤੇ UK ਤੋਂ ਜਿਹੜਾ ਰਿਜ਼ਲਟ ਹੈ ਆਸਟ੍ਰੇਲੀਆ ਦਾ ਵਧੀਆ ਚੱਲ ਰਿਹਾ। ਈਵਨ ਯੂਰਪ ਤੋਂ ਵੀ ਵੀਜ਼ਾਸ ਕੁਛ ਆਏ ਨੇ, ਨੈਕਸਟ ਵੀਡੀਓ 'ਚ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ ਲਈ, ਕਿਉਂਕਿ ਰੀਸੈਂਟ ਵਿੱਚ ਆਏ ਨੇ। ਜਰਮਨੀ ਤੋਂ ਵੀਜ਼ਾ ਹੁਣੇ ਜਿਹੜਾ ਸਾਡਾ ਇਸ਼ੂ ਹੋਇਆ ਨਿਊਜ਼ੀਲੈਂਡ ਦਾ, ਅਤੇ ਇੱਕ ਜਰਮਨੀ ਤੋਂ ਵੀਜ਼ਾ ਇਸ਼ੂ ਹੋਇਆ ਆਸਟ੍ਰੇਲੀਆ ਦਾ, ਉਹਨਾਂ ਦਾ ਰਿਜ਼ਲਟ ਵੀ ਵਧੀਆ। ਨੈਕਸਟ ਵੀਡੀਓ 'ਚ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਕਾਫੀ ਆਸਟ੍ਰੇਲੀਆ ਦੇ ਵੀਜ਼ਾ ਇਸ਼ੂ ਹੋਏ ਨੇ, ਐਵੇਂ ਹੀ ਨਿਊਜ਼ੀਲੈਂਡ ਦੇ ਵਿੱਚ ਵੀਜ਼ਾ ਜਿਹੜੇ ਨੇ ਇਸ਼ੂ ਹੋਏ ਨੇ। ਅਤੇ ਜੇ ਤੁਸੀਂ ਇਟਲੀ ਵਿੱਚ ਰਹਿ ਰਹੇ ਹੋ, ਇਟਲੀ ਤੋਂ ਤੁਸੀਂ ਆਪਣਾ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਹ ਵੀ ਅਪਲਾਈ ਕਰ ਸਕਦੇ ਹੋ। ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਕੀ ਹੈ ਕਿ ਤੁਹਾਡੇ ਸਕੈਨ ਕਾਪੀਜ਼ ਚਾਹੀਦੀਆਂ ਹੁੰਦੀਆਂ ਨੇ। ਸਕੈਨ ਸਾਰੇ ਡਾਕੂਮੈਂਟ ਤੁਸੀਂ ਕਰਨੇ ਆ ਤਾਂ ਉਹ ਸਾਨੂੰ ਈਮੇਲ ਵੀ ਕਰ ਸਕਦੇ ਹੋ। ਜੇ ਖੁਦ ਵੀ ਅਪਲਾਈ ਕਰਨਾ ਚਾਹੋ ਤਾਂ ਖੁਦ ਵੀ ਕਰ ਸਕਦੇ ਹੋ। ਖੁਦ ਅਪਲਾਈ ਕਰਨ ਲਈ ਕੀ ਹੈ ਕਿ ਤੁਸੀਂ ਔਨਲਾਈਨ JCKEE ਅਕਾਊਂਟ ਕ੍ਰੀਏਟ ਕਰਨਾ ਹੈ। ਉਹਦੇ ਵਿੱਚ ਕੁਝ ਕੁਸ਼ਚਨ ਹੁੰਦੇ ਆ, ਬੜੇ ਧਿਆਨ ਨਾਲ ਤੁਹਾਨੂੰ ਪੜ੍ਹਨੇ ਪੈਣੇ ਆ, ਉਹਨਾਂ ਦੇ ਆਨਸਰ ਦੇਣੇ ਆ, ਅਤੇ ਤੁਹਾਡੀ ਚੈੱਕਲਿਸਟ ਜਿਹੜੀ ਹੈ ਕ੍ਰੀਏਟ ਹੋ ਜਾਂਦੀ ਹੈ। ਅਤੇ ਚੈੱਕਲਿਸਟ ਦੇ ਅਕੋਰਡਿੰਗ ਤੁਸੀਂ ਡਾਕੂਮੈਂਟ ਜਿਹੜੇ ਆ ਆਪਣੇ PDF ਬਣਾ ਕੇ ਉਹਨਾਂ ਨੂੰ ਅਪਲੋਡ ਕਰ ਸਕਦੇ ਹੋ। ਅਤੇ ਉਹਨਾਂ ਡਾਕੂਮੈਂਟ ਨੂੰ ਅਪਲੋਡ ਕਰਕੇ ਤੁਸੀਂ ਸਬਮਿਟ ਕਰਨਾ, ਐਪਲੀਕੇਸ਼ਨ ਫੋਰਮ ਫਿਲ ਕਰਨੇ ਨੇ। ਜਦੋਂ ਅਪਲੋਡ ਹੋ ਜਾਂਦੀ ਹੈ ਦੈਨ ਤੁਸੀਂ ਬਾਇਓਮੈਟ੍ਰਿਕ ਫੀਸ ਅਤੇ ਅੰਬੈਸੀ ਫੀਸ ਪੇ ਕਰ ਸਕਦੇ ਹੋ। ਬਾਇਓਮੈਟ੍ਰਿਕ ਫੀਸ ਤੁਸੀਂ ਤਾਂ ਪੇ ਕਰੋਗੇ ਜੇ ਤੁਹਾਡੇ ਬਾਇਓਮੈਟ੍ਰਿਕ ਪਹਿਲਾਂ ਨਹੀਂ ਹੋਏ, ਜੇ ਤੁਸੀਂ ਲਾਸਟ ਟਾਈਮ ਕਦੀ ਵੀ ਕੈਨੇਡਾ ਦਾ ਵੀਜ਼ਾ ਕਿਤੋਂ ਵੀ ਅਪਲਾਈ ਕੀਤਾ, ਭਾਵੇਂ ਇੰਡੀਆ ਤੋਂ ਕੀਤਾ ਜਾਂ ਕਿਤੋਂ ਵੀ ਕੀਤਾ, ਜੇ ਤੁਹਾਡੇ ਕੈਨੇਡਾ ਦੇ ਬਾਇਓਮੈਟ੍ਰਿਕ ਹੋਏ ਹੋਏ ਨੇ ਤਾਂ ਉਹ 10 ਸਾਲ ਲਈ ਵੈਲਿਡ ਹੁੰਦੇ ਨੇ, ਅਤੇ ਵਿਦਇਨ 10 ਸਾਲ ਤੁਹਾਨੂੰ ਦੁਬਾਰਾ ਬਾਇਓਮੈਟ੍ਰਿਕ ਦੇਣ ਦੀ ਲੋੜ ਨਹੀਂ ਹੁੰਦੀ। ਤੁਸੀਂ ਬੜੇ ਈਜ਼ਲੀ ਜਿਹੜੇ ਆ ਵੀਜ਼ਾ ਅਪਲਾਈ ਕਰ ਸਕਦੇ ਹੋ। ਜਸਟ ਤੁਸੀਂ ਅੰਬੈਸੀ ਫੀਸ ਪੇ ਕਰਨੀ ਹੈ, ਜਿਹੜੀ ਅੰਬੈਸੀ ਫੀਸ ਹੈ ਉਹ $100 ਹੁੰਦੀ ਹੈ। $100 ਤੁਸੀਂ ਅੰਬੈਸੀ ਫੀਸ ਪੇ ਕਰਕੇ ਆਪਣੀ ਫਾਈਲ ਸਬਮਿਟ ਕਰ ਦੇਣੀ ਹੈ। ਜੇ ਤੁਸੀਂ ਬਾਇਓਮੈਟ੍ਰਿਕ ਫੀਸ ਵੀ ਪੇ ਕੀਤੀ ਹੈ ਤੁਹਾਨੂੰ ਬਾਇਓਮੈਟ੍ਰਿਕ ਲੈਟਰ ਆ ਜਾਣਾ, ਅਤੇ ਨੇੜੇ ਜੋ ਵੀ ਤੁਹਾਡੀ VFS ਹੈ, ਭਾਵੇਂ ਉਹ ਤੁਹਾਡੀ ਮਿਲਾਨ ਵਿੱਚ ਹੈ, ਰੋਮ ਵਿੱਚ ਹੈ, ਜੋ ਵੀ ਤੁਹਾਨੂੰ ਨੇੜੇ ਪੈਂਦੀ ਹੈ, ਉੱਥੋਂ ਦੀ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਉੱਥੇ ਜਾ ਕੇ ਤੁਸੀਂ ਆਪਣੇ ਬਾਇਓਮੈਟ੍ਰਿਕ ਸਬਮਿਟ ਕਰਨੇ ਆ। ਅਤੇ ਬਾਇਓਮੈਟ੍ਰਿਕ ਹੋਣ ਤੋਂ ਬਾਅਦ 15 ਤੋਂ 20 ਦਿਨ ਦੇ ਵਿੱਚ ਰਿਜ਼ਲਟ ਨੋਰਮਲੀ ਆ ਜਾਂਦਾ ਹੈ। ਅਤੇ ਜੇ ਡਾਕੂਮੈਂਟ ਦੀ ਗੱਲ ਕਰੀਏ, ਡਾਕੂਮੈਂਟ ਚਾਹੀਦੇ, ਤੁਹਾਡਾ ਜਿਹੜਾ ਰੈਜੀਡੈਂਸ ਕਾਰਡ ਹੈ, ਜੋ ਵੀ ਤੁਸੀਂ ਕੰਮ ਕਰਦੇ ਹੋ ਉਹਦਾ ਜੋਬ ਕੰਟਰੈਕਟ ਹੈ, ਸੈਲਰੀ ਸਲਿੱਪ ਹੈਗੀਆਂ ਨੇ, ਜਿਹੜੇ ਅਕਾਊਂਟ ਸੈਲਰੀ ਆਉਂਦੀ ਹੈ ਉਹਦੇ ਪਰੂਫ ਹੈਗੇ ਨੇ, ਨਾਲ ਤੁਹਾਡੀ ਜਿਹੜੀ ਫੰਡਿੰਗ ਪਈ ਹੈ ਜਿਹੜੀ ਤੁਹਾਡੀ ਸੇਵਿੰਗ ਅਕਾਊਂਟ 'ਚ ਉਹਦੇ ਪਰੂਫ ਲਾਉਣੇ ਨੇ, ਅਤੇ ਨਾਲ ਹੀ ਤੁਹਾਡੇ ਜਿਹੜੀ ਫੈਮਿਲੀ IDs ਹੈਗੀਆਂ ਨੇ, ਜੋ ਫੈਮਿਲੀ ਤੁਹਾਡੇ ਨਾਲ ਰਹਿ ਰਹੀ ਹੈ, ਜਿਸ ਘਰ 'ਚ ਰਹਿ ਰਹੇ ਹੋ, ਜੇ ਤੁਹਾਡਾ ਆਪਣਾ ਹੈ ਉਹਦੇ ਡਾਕੂਮੈਂਟ ਲਾ ਦਿਉ, ਜਾਂ ਹੋਰ ਵੀ ਤੁਹਾਡੀ ਕੋਈ ਪ੍ਰੋਪਰਟੀ ਹੈ ਉੱਥੇ ਉਹਦੇ ਡਾਕੂਮੈਂਟ ਲਾ ਦਿਉ। ਜਿੰਨੇ ਵੀ ਆਪਣੇ ਆਪ ਨੂੰ ਫਾਈਨੈਂਸ਼ੀਅਲ ਜਿਹੜੇ ਆ ਸਟਰੋਂਗ ਦਿਖਾ ਸਕਦੇ ਹੋ, ਉਹ ਡਾਕੂਮੈਂਟ ਲਾ ਕੇ ਤੁਸੀਂ ਆਪਣਾ ਜਿਹੜਾ ਕੈਨੇਡਾ ਦਾ ਵੀਜ਼ਾ ਇਟਲੀ ਤੋਂ ਅਪਲਾਈ ਕਰ ਸਕਦੇ ਹੋ, ਭਾਵੇਂ ਤੁਸੀਂ ਇਟਲੀ 'ਚ ਹੋ। ਜੇ ਤੁਸੀਂ ਵੀਡੀਓ ਦੇਖ ਰਹੇ ਹੋ, ਤੁਸੀਂ ਫਰਾਂਸ 'ਚ ਹੋ, ਜਰਮਨ ਦੇ ਵਿੱਚ ਹੋ, ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੋ, ਸ਼ੈਂਗਨ ਦੀ ਕਿਸੇ ਵੀ ਕੰਟਰੀ 'ਚ ਹੋ, ਈਵਨ ਤੁਸੀਂ UK 'ਚ ਹੋ, ਭਾਵੇਂ ਤੁਸੀਂ ਅਰਬ ਕੰਟਰੀ 'ਚ ਰਹਿ ਰਹੇ ਹੋ, ਉੱਥੋਂ ਵੀ ਕੈਨੇਡਾ ਦਾ ਵੀਜ਼ਾ ਜੋ ਹੈ ਲਿਆ ਜਾ ਸਕਦਾ। ਬਟ ਸ਼ਰਤ ਇਹੀ ਹੁੰਦੀ ਹੈ ਕਿ ਤੁਸੀਂ ਇਲੀਜੀਬਲ ਹੋਵੋ, ਤੁਹਾਡੇ ਡਾਕੂਮੈਂਟ ਜਿਹੜੇ ਆ ਕੰਪਲੀਟ ਹੋਣ, ਅਤੇ ਨਾਲ ਤੁਹਾਡੇ ਜਿਹੜੇ ਪਰਪਸ ਆਫ ਟਰੈਵਲ ਹੈ ਉਹ ਤੁਹਾਡਾ ਕਲੀਅਰ ਹੋਣਾ ਚਾਹੀਦਾ। ਪਰਪਸ ਆਫ ਟਰੈਵਲ ਕਲੀਅਰ ਕਰਨ ਲਈ ਤੁਹਾਨੂੰ ਇੱਕ ਵਧੀਆ ਕਵਰ ਲੈਟਰ ਲਿਖਣਾ ਹੋਏਗਾ, ਇੱਕ ਆਈਟਨਰੀ ਬਣਾਉਣੀ ਹੋਣੀ ਹੈ, ਅਤੇ ਨਾਲ ਹੀ ਤੁਸੀਂ ਜਿਹੜੀ ਹੋਟਲ ਬੁਕਿੰਗ ਅਤੇ ਅਦਰਸ ਜਿਹੜੇ ਡਾਕੂਮੈਂਟ ਆ ਉਹ ਸਬਮਿਟ ਕਰਨੇ ਆ। ਇਸ ਤਰੀਕੇ ਨਾਲ ਇੱਕ ਸਹੀ ਟਰੈਵਲ ਪਲਾਨ ਦਿਖਾ ਕੇ ਤੁਸੀਂ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅਤੇ ਇਸ ਇਨਫੋਰਮੇਸ਼ਨ ਉਹਨਾਂ ਵਾਸਤੇ ਜੋ ਆਪਣਾ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਇਟਲੀ ਤੋਂ ਜਾਂ ਯੂਰਪ ਦੇ ਕਿਸੇ ਵੀ ਪਾਰਟ ਤੋਂ, ਤਾਂ ਉਹ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਨੇ। ਉਮੀਦ ਕਰਦੇ ਹਾਂ ਇਨਫੋਰਮੇਸ਼ਨ ਤੁਹਾਡੇ ਕਾਫੀ ਕੰਮ ਦੀ ਹੋਏਗੀ। ਜੇ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।